ਸਾਂਝੀ ਵਾਸ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸ਼ਮਾ ਪੰਗੋਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਇਤਿਹਾਸ ਦੇ ਪੰਨੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਨਾਲ ਇਤਿਹਾਸ ਦੇ ਉਹ ਪੰਨੇ ਫਰੋਲਾਂਗੇ ਜਿਹੜੇ ਸੁਨਹਿਰੀ ਅੱਖਰਾਂ ਦੇ ਨਾਲ ਲਿਖੇ ਹੋਣੇ ਚਾਹੀਦੇ ਸੀਗੇ, ਪਰ ਅਫਸੋਸ ਦੀ ਗੱਲ ਜਦੋਂ ਅਸੀਂ ਉਹਨਾਂ ਪੰਨਿਆਂ 'ਤੇ ਪਹੁੰਚਦੇ ਹਾਂ ਤਾਂ ਉਹ ਪੰਨੇ ਸਾਨੂੰ ਖਾਲੀ ਮਿਲਦੇ ਨੇ। ਜੀ ਹਾਂ, ਅਸੀਂ ਉਹਨਾਂ 300 ਸਿੰਘਣੀਆਂ ਦੀ 300 ਬੀਬੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਤਸੀਹੇ ਚੱਲੇ ਕੁਰਬਾਨੀਆਂ ਦਿੱਤੀਆਂ। ਮੀਰ ਮੰਨੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿੱਖ ਸੰਘਰਸ਼ ਦਾ ਸਭ ਤੋਂ ਵੱਧ ਜ਼ਾਲਮ ਸੂਬੇਦਾਰ ਸੀ ਅਤੇ ਉਸ ਟਾਈਮ 'ਤੇ ਉਹਦੇ ਜ਼ੁਲਮਾਂ ਕਰਕੇ ਇਹ ਮੁਹਾਵਰਾ ਬਣਿਆ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਉਹ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੁਣ ਸਵਾਏ ਹੋਏ। ਉਸਦੀ ਜੇਲ੍ਹ ਦੇ ਵਿੱਚ ਇਹਨਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਗੁਆਈਆਂ, ਆਪਣੇ ਬੱਚਿਆਂ ਨੂੰ ਜਿਹੜੇ ਆਪਣੇ ਸਾਹਮਣੇ ਕਤਲ ਹੁੰਦਿਆਂ ਵੇਖਿਆ, ਉਹਨਾਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਪਵਾਏ। ਪਰ ਅਫਸੋਸ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਉਹਨਾਂ ਦਾ ਨਾਮ ਜ਼ਿਕਰ ਨਹੀਂ ਮਿਲਦਾ, ਉਹਨਾਂ ਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ, ਉਹਨਾਂ ਬਾਰੇ ਜਾਣਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਕੋਲੋਂ। ਡਾਕਟਰ ਸਾਹਿਬਾ, ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝੀ ਆਵਾਜ਼ ਰੇਡੀਓ 'ਤੇ। ਅਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ 300 ਸਿੰਘਣੀਆਂ ਦੀ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਤਸੀਹੇ ਝੱਲੇ, ਪਰ ਸਾਡੇ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਮਿਲਦਾ। ਬਹੁਤ ਬਹੁਤ ਸਵਾਗਤ ਤੁਹਾਡਾ। ਮਰਦ ਪ੍ਰਧਾਨ ਸਮਾਜ ਹੋਣ ਕਾਰਨ ਅਸੀਂ ਬਹੁਤੀ ਵਾਰ ਜਿਹੜੀਆਂ ਵਿਰਾਂਗਣਾ ਨੇ ਉਹਨਾਂ ਨੂੰ ਭੁਲਾ ਦਿੰਦੇ ਹਾਂ, ਤੇ ਖਾਸ ਤੌਰ ਤੇ ਜਦੋਂ ਗੱਲ ਹੋਵੇ ਸੰਨ 1600-1700 ਦੀ, ਤੇ ਆਪਾਂ ਸਮਝ ਹੀ ਸਕਦੇ ਹਾਂ ਕਿ ਉਹਨਾਂ ਸਮਿਆਂ ਵਿੱਚ ਤੇ ਵੈਸੇ ਹੀ ਔਰਤ ਨੂੰ ਖੁੱਲ ਨਹੀਂ ਸੀ। ਪਰ ਫਿਰ ਵੀ ਜੋ ਉਹਨਾਂ ਸਮਿਆਂ ਵਿੱਚ ਔਰਤ ਨੇ ਬਾ ਕਮਾਲ ਹਿੰਮਤ ਵਿਖਾਈ, ਮੇਰਾ ਖਿਆਲ ਹੈ ਉਹਦਾ ਜ਼ਿਕਰ ਕਰਨਾ ਬਣਦਾ ਹੈ। ਮੈਂ ਪੂਰੀ ਸਿੱਖ ਕੌਮ ਕਹਿ ਸਕਦੀ ਹਾਂ ਕਿ ਰਿਣੀ ਹੈ, ਨਤਮਸਤਕ ਹੋਣਾ ਪੈਂਦਾ ਹੈ ਸਾਨੂੰ ਸਾਰਿਆਂ ਨੂੰ ਉਹਨਾਂ 300 ਔਰਤਾਂ ਨੂੰ ਜੋ ਮੀਰ ਮੰਨੂ ਦੀ ਜੇਲ੍ਹ ਵਿੱਚ ਕੈਦ ਸਨ। ਰਤਾ, ਉਸ ਸਮੇਂ ਨੂੰ ਆਪਾਂ ਧਿਆਨ ਵਿੱਚ ਜੇ ਰੱਖ ਕੇ ਗੱਲ ਕਰੀਏ ਤਾਂ ਇੱਕ ਕਹਿਰ ਵਰਤਾਉਂਦਾ ਵਾ ਵਰੋਲਾ ਸੀ ਉਸ ਸਮੇਂ ਮੀਰ ਮੰਨੂ, ਜਿਸਨੇ ਇਹ ਐਲਾਨ ਕੀਤਾ ਹੋਇਆ ਸੀ ਇੱਕ ਵੀ ਸਿੱਖ ਬਚਣਾ ਨਹੀਂ ਚਾਹੀਦਾ। ਸਭ ਜਾਣਦੇ ਨੇ ਕਿ ਉਦੋਂ ਜੰਗਲਾਂ ਵਿੱਚ ਜਾ ਕੇ ਸਿੱਖ ਲੁੱਕ ਗਏ ਸਨ, ਜਿਹੜੇ ਸ਼ਹਿਰਾਂ 'ਚ ਰਹਿ ਗਏ ਸਨ ਉਹਨਾਂ ਦੇ ਸਿਰ ਵੱਢ ਦਿੱਤੇ ਗਏ ਸਨ, ਚੁਫੇਰੇ ਲਾਸ਼ਾਂ ਸਨ, ਜਿਸ ਤਰੀਕੇ ਦਰਖਤਾਂ ਨਾਲ ਟੰਗੀਆਂ ਲਾਸ਼ਾਂ ਤੇ ਜਿਸ ਤਰੀਕੇ ਬਦਬੂ ਮਾਰਦੀਆਂ ਲਾਸ਼ਾਂ ਸਨ, ਸਭ ਜਾਣਦੇ ਨੇ ਕਿ ਉਸ ਥਾਂ ਤੇ ਖੌਫਨਾਕ ਮੰਜ਼ਰ ਸੀ। ਉਹਦੇ ਵਿੱਚ ਵੀ ਭੁੱਖੀਆਂ ਪਾਣੀਆਂ ਔਰਤਾਂ, ਉਹ ਵੀ 1-2 ਨਹੀਂ 300 ਔਰਤਾਂ ਨੂੰ ਜਿਸ ਤਰੀਕੇ ਉਹਨਾਂ ਦੇ ਸੈਨਿਕਾਂ ਨੇ, ਮੁਗਲ ਸੈਨਿਕਾਂ ਨੇ ਧੱਕੇ ਮਾਰ ਮਾਰ ਕੇ ਬੰਨ ਕੇ ਜਿਵੇਂ ਰੱਸਿਆਂ ਦੇ ਵਿੱਚ, ਤੇ ਉਹਨਾਂ ਦੇ ਕੋਲ ਉਹਨਾਂ ਭੁੱਖੀਆਂ ਪਾਣੀਆਂ ਔਰਤਾਂ ਦੇ ਕੁੱਛੜ ਨਿੱਕੇ ਨਿੱਕੇ ਬਾਲ ਸਨ, ਤੇ ਕਾਰਨ ਸਿਰਫ ਇਹ ਸੀ ਕਿ ਉਹਨਾਂ ਦੇ ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਇੱਕ ਭੈ ਦਾ ਮਾਹੌਲ ਸੀ ਉੱਥੇ, ਇਹ ਡਰ ਫੈਲਾਉਣ ਦਾ ਮਕਸਦ ਸੀ ਕਿ ਕੋਈ ਵੀ ਜੇ ਸਿੱਖ ਹੈ, ਜੇ ਉਹਨਾਂ ਨੂੰ ਕੋਈ ਸਪੋਰਟ ਵੀ ਕਰ ਰਿਹਾ ਹੈ ਤਾਂ ਫਿਰ ਉਹਨਾਂ ਨੂੰ ਸੁਨੇਹਾ ਜਾਵੇ ਕਿ ਇਸ ਹਾਲ ਵਿੱਚ ਉਸ ਟੱਬਰ ਨੂੰ ਪਹੁੰਚਣਾ ਪੈਣਾ ਕਿ ਜਿੱਥੇ ਉਹਨਾਂ ਦੀਆਂ ਔਰਤਾਂ ਵੀ ਅੱਤ ਦਾ ਤਸ਼ੱਦਦ ਸਹਿਣਗੀਆਂ, ਉਹਨਾਂ ਦੇ ਬਾਲ ਵੀ ਭੁੱਖੇ ਰਹਿਣਗੇ, ਤੇ ਉਹ ਆਪ ਤੇ ਖੈਰ ਕਤਲ ਕਰ ਹੀ ਦਿੱਤੇ ਜਾਣਗੇ, ਜਾਇਦਾਦਾਂ ਲੁੱਟ ਦਿੱਤੀਆਂ ਜਾਣਗੀਆਂ, ਘਰ ਸਾੜ ਦਿੱਤੇ ਜਾਣਗੇ। ਸੋ ਇਹ ਸਾਰੇ ਦੇ ਵਿੱਚ ਜਿਸ ਤਰੀਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਗਿਆ, ਤੇ ਸਭ ਜਾਣਦੇ ਨੇ ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਦਾ ਕੁਰਾਮ ਮਚਿਆ ਪਿਆ ਸੀ ਉਸ ਜੇਲ੍ਹ ਵਿੱਚ ਕੈਦ, ਤਾਨੇ ਮਿਹਣੇ ਜਿਹੜੇ ਸੁਣਨ ਨੂੰ ਮਿਲਦੇ ਸੀ ਵੱਖ, ਜਿਹੜੀਆਂ ਭੱਦੀਆਂ ਨਜ਼ਰਾਂ ਤੇ ਚੁੱਭਦੀਆਂ ਨਜ਼ਰਾਂ ਜੋ ਉੱਥੋਂ ਦੇ ਉਹਨਾਂ ਨੂੰ ਕੈਦ ਦੇ ਵਿੱਚ ਉਹਨਾਂ ਦੇ ਮੁਗਲ ਸੈਨਿਕਾਂ ਦੀਆਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਸੀ ਉਹ ਵੱਖ ਸਨ। ਧੰਨ ਹੀ ਕਹਿ ਸਕਦੇ ਹਾਂ ਉਹਨਾਂ ਔਰਤਾਂ ਦੇ ਜਿਗਰੇ, ਜਿਹੜੇ ਸਿਰਫ ਤੇ ਸਿਰਫ ਜੋ ਹੁਣ ਇਤਿਹਾਸ ਵਿੱਚ ਲਿਖਿਆ ਜਿੰਨਾ ਕੁ ਮਿਲਦਾ। ਜੀ ਮੈਂ ਫਿਰ ਉਲਾਂਭਾ ਹੀ ਦੇਣਾ ਚਾਹੁੰਦੀ ਹਾਂ ਕਿ ਇਤਿਹਾਸਕਾਰਾਂ ਨੇ ਜਿਵੇਂ ਹਮੇਸ਼ਾ ਹੀ ਔਰਤਾਂ ਨਾਲ ਦਗਾ ਕੀਤਾ ਤੇ ਇਹ ਵੀ ਔਰਤਾਂ ਨੂੰ ਕਿਤੇ ਦੱਬ ਲਿਆ ਗਿਆ, ਬੜਾ ਮੁਸ਼ਕਲ ਨਾਲ
ਮੁਗਲ ਇਤਿਹਾਸ ਵਿੱਚ ਲਿਖਣ ਵਾਲੇ ਜਿੱਥੇ ਉਹਨਾਂ ਤੋਂ ਦੋ ਨਾਮ ਸਿਰਫ ਅਸੀਂ ਕੱਢ ਸਕੇ ਹਾਂ ਜਿਹੜੇ ਸਾਡੇ ਕੋਲ ਇਸ ਵੇਲੇ ਮੌਜੂਦ ਨੇ, ਬਾਕੀ ਔਰਤਾਂ ਦਾ ਨਾਮ ਹੀ ਸਾਡੇ ਕੋਲ ਨਹੀਂ ਤਾਂ ਉਹਨਾਂ ਦਾ ਪਿਛੋਕੜ ਵੀ ਸਾਡੇ ਕੋਲ ਨਹੀਂ, ਤੇ ਹੋ ਸਕਦਾ ਹੈ ਤੁਹਾਡੇ ਮੇਰੇ ਵਿੱਚੋਂ ਹੀ ਕੋਈ ਨਾ ਕੋਈ ਉਸੇ ਟੱਬਰ ਵਿੱਚੋਂ ਅਗਾਂਹ ਤੁਰਦਾ ਆਉਂਦਾ ਹੋਏ, ਕਿਸੇ ਦੇ ਮਾਸੀ ਦੇ, ਕਿਸੇ ਦੇ ਮਾਸੜ ਦੇ, ਜਾਂ ਕਿਸੇ ਦੇ ਵੀ ਭੂਆ ਦੇ, ਜਾਂ ਅੱਗੋਂ ਕਿਸੇ ਟੱਬਰ ਤੋਂ ਹੀ ਤੁਰਦੇ ਆਉਂਦੇ ਅਸੀਂ ਸਾਰੇ ਹੋਈਏ, ਪਰ ਕਿਉਂਕਿ ਉਹ ਬਿਲਕੁਲ ਇਤਿਹਾਸ ਮਿਟ ਚੁੱਕਿਆ ਹੈ, ਬਹੁਤ ਮੁਸ਼ਕਲ ਹੈ ਉਸ ਖੋਜ ਨੂੰ ਕਰਨ ਲਈ, ਪਰ ਕੋਸ਼ਿਸ਼ ਤੁਹਾਡਾ ਮੈਂ ਸਿਜਦਾ ਕਰਦੀ ਹਾਂ। ਤੁਸੀਂ ਇਹ ਪ੍ਰੋਗਰਾਮ ਰੱਖਿਆ ਜਿਸ ਰਾਹੀਂ ਸ਼ਾਇਦ ਕਿਸੇ ਹੋਰ ਨੂੰ ਵੀ ਮਨ ਵਿੱਚ ਇਹ ਉੱਠੇ ਕਿ ਅਸੀਂ ਬਾਕੀ ਔਰਤਾਂ ਬਾਰੇ ਵੀ ਲੱਭੀਏ। ਜ਼ਿਕਰ ਕਰਦੇ ਹਾਂ ਕਿ ਉਸ ਸਮੇਂ ਕੀ ਸੋਚ ਸੀ ਮੀਰ ਮਨੂ ਦੀ ਕਿ ਜੇ ਇਹਨਾਂ ਔਰਤਾਂ ਨੂੰ ਮੈਂ ਡਰਾ ਧਮਕਾ ਲਿਆ ਜਿਨ੍ਹਾਂ ਦੇ ਕੁੱਛੜ ਬਾਲ ਨੇ, ਤਾਂ ਇਹਦਾ ਮਤਲਬ ਹੋਏਗਾ ਖੁਰਾ ਖੋਜ ਸਿੱਖ ਧਰਮ ਦਾ ਮਿਟ ਜਾਏਗਾ, ਕਿਉਂਕਿ ਇਹ ਔਰਤਾਂ ਜਿਨ੍ਹਾਂ ਦੇ ਪਤੀ ਤੇ ਹਾਨੀ ਨਹੀਂ, ਤੇ ਜੇ ਇਹ ਔਰਤਾਂ ਨੂੰ ਇਸਲਾਮ ਕਬੂਲ ਕਰਵਾ ਲਿਆ ਜਾਵੇ ਤਾਂ ਇਹਨਾਂ ਦੇ ਬਾਲ ਆਪਣੇ ਆਪ ਹੀ ਯਾਨੀ ਇਸਲਾਮ ਧਰਮ ਦੇ ਹੀ ਪੁਜਾਰੀ ਬਣ ਜਾਣਗੇ, ਤਾਂ ਇਹਦਾ ਮਤਲਬ ਹੈ ਕਿ ਕੋਈ ਵੀ ਸਿੱਖ ਇਸ ਦੁਨੀਆਂ 'ਚ ਰਹੇਗਾ ਹੀ ਨਹੀਂ। ਸੋ ਉਹ ਮਕਸਦ ਦੇ ਨਾਲ ਇਹਨਾਂ ਨੂੰ ਭੁੱਖੀਆਂ ਭਾਣੀਆਂ ਰੱਖਿਆ ਤੇ ਨਾਲ ਸਵਾ ਸਵਾ ਮਣ ਸਖਤ ਅਨਾਜ ਉਹਨਾਂ ਨੂੰ ਦਿੱਤਾ ਪੀਣ ਲਈ। ਜੋ ਹੁਣ ਮੁਗਲ ਇਤਿਹਾਸ ਲਿਖਦਾ ਹੈ, ਕਿਉਂਕਿ ਸਾਡੇ ਇਤਿਹਾਸ ਵਿੱਚ ਬਹੁਤ ਥੋੜਾ ਜ਼ਿਕਰ, ਜੇ ਸਾਡੇ ਚ ਸਿਰਫ ਇੰਨਾ ਹੀ ਲਿਖਿਆ ਮਿਲਦਾ ਹੈ ਕਿ ਉਹਨਾਂ ਨੇ ਖਿੜੇ ਮੱਥੇ ਸਵਾ ਸਵਾ ਮਣ ਪੀਣ ਪੀ ਵਿਆ ਤੇ ਨਾਲੇ ਨਾਲ ਉਹਨਾਂ ਨੇ ਇੱਕੋ ਹੀ ਉੱਚੀ ਉੱਚੀ ਉਜਾਗਰ ਕਰਦੀਆਂ ਸਨ, ਵਾਹਿਗੁਰੂ ਸਤਨਾਮ ਤੇਰਾ ਭਾਣਾ ਮਿੱਠਾ ਲਾਗੇ। ਇੰਨਾ ਕੁ ਜ਼ਿਕਰ ਤਾਂ ਸਾਡੇ ਸਿੱਖ ਇਤਿਹਾਸਕਾਰਾਂ ਨੇ ਕੀਤਾ ਹੈ, ਪਰ ਇਸ ਤੋਂ ਵੱਧ ਕੀ ਜ਼ੁਲਮ ਸਿਆ ਉਹ ਸਾਨੂੰ ਜੋ ਮਿਲਦਾ ਹੈ ਮੁਗਲ ਇਤਿਹਾਸ ਦੇ ਵਿੱਚੋਂ, ਉਹ ਲਿਖਿਆ ਕਿ ਉਹਨਾਂ ਨੂੰ ਕਈਆਂ ਦੇ ਛਾਤੀਆਂ ਉੱਤੇ ਚੱਕੀਆਂ ਦੇ ਪਾਟ ਰਖਵਾ ਦਿੱਤੇ ਗਏ ਸਨ, ਜਿਹਦੇ ਨਾਲ ਯਾਨੀ ਉਹਨਾਂ ਨੂੰ ਅੱਤ ਦਾ ਕਹਿ ਲਓ ਤਸ਼ੱਦਦ ਦੇ ਰਾਹੀਂ ਕੱਢਿਆ ਕਿ ਇਹਨਾਂ ਨੂੰ ਡਰਾ ਲਿਆ ਜਾਏ, ਧਮਕਾ ਲਿਆ ਜਾਏ, ਤੇ ਇਹਨਾਂ ਦੇ ਵਿਲਕਦੇ ਬਾਲ ਜੋ ਨੇ ਉਹਨਾਂ ਸਦਕਾ ਇਹ ਅਖੀਰ ਬਦੋ ਬਦੀ ਇਸਲਾਮ ਵੱਲ ਤੁਰਨਗੀਆਂ। ਜਿਸ ਬੀਬੀ ਦਾ ਮੈਂ ਜ਼ਿਕਰ ਹੁਣ ਕਰਨਾ ਚਾਹੁੰਦੀ ਹਾਂ, ਉਸ ਬੀਬੀ ਦਾ ਨਾਂ ਸੀ ਬੀਬੀ ਸੁਭਾਗੀ। ਬੀਬੀ ਸੁਭਾਗੀ ਉਸ ਸਮੇਂ ਇਹਨਾਂ ਦੇ ਲਗਭਗ ਇੱਕ ਤਰੀਕੇ ਦੀ ਲੀਡਰ ਕਹਿ ਲਓ, ਜੋ ਉਸ ਸਮੇਂ ਅਗਾਂਹ ਇਹਨਾਂ ਨੂੰ ਹਿੰਮਤ ਵਧਾ ਰਹੀ ਸੀ, ਜਿਸਦਾ ਜ਼ਿਕਰ ਮਿਲਦਾ ਜੇ ਕਿ ਉਹ ਸਭ ਤੋਂ ਉੱਚੀ ਸਭ ਨੂੰ ਹੱਲਾ ਸ਼ੇਰੀ ਦਿੰਦੀ ਤੇਰਾ ਕੀਆ ਮੀਠਾ ਲਾਗੇ ਦਾ ਸ਼ਬਦ ਉਚਾਰਦਿਆਂ ਬਿਨਾਂ ਮੱਥੇ ਤੇ ਰੱਤਾ ਵੀ ਵੱਟ ਪਾਇਆ ਜਾਂ ਸ਼ਿਕਨ ਵਿਖਾਇਆ, ਉੱਚੀ ਉੱਚੀ ਉਹਨੇ ਉਚਾਰਨਾ ਸ਼ਬਦ, ਨਾਲ ਚੱਕੀ ਆਪਣੀ ਵਾਹੀ ਜਾਣੀ ਤੇ ਨਾਲ ਹੋਰ ਜਿੰਨਾ ਉਹਨੂੰ ਵੇਖ ਕੇ ਮੁਗਲ ਸੈਨਿਕ ਜਿਵੇਂ ਖਿੱਝ ਗਏ ਸਨ, ਉਹਨੂੰ ਜ਼ਿਆਦਾ ਅਨਾਜ ਸਗੋਂ ਪਾ ਦਿੱਤਾ ਤੇ ਉਹ ਹੋਰ ਉੱਚੀ ਉੱਚੀ ਸਗੋਂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਈ। ਤੇ ਉਸੇ ਨਾਲ ਜੋ ਹੁਣ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਕੁੱਝ ਸ਼ਬਦ ਜਿਹੜੇ ਮੁਗਲ ਇਤਿਹਾਸ ਦੇ ਵਿੱਚੋਂ ਸਾਨੂੰ ਲੱਭੇ, ਲਿਖਿਆ ਸੀ ਕਿ ਮੁਗਲ ਪਹਿਰੇਦਾਰਾਂ ਦੇ ਸਿਰ ਪੀੜ ਦੇ ਨਾਲ ਫਟਣ ਲੱਗ ਗਏ ਸਨ, ਕਿਉਂਕਿ ਇੰਨੀ ਉੱਚੀ ਉੱਚੀ ਆਵਾਜ਼ ਕੰਧਾਂ ਚ ਜੇਲ ਦੀਆਂ ਕੰਧਾਂ ਦੇ ਅੰਦਰੋਂ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ ਧੰਨ ਸਤਿਗੁਰ ਤੇਰਾ ਹੀ ਆਸਰਾ, ਇੰਨੀ ਉੱਚੀ ਸੀ ਸ਼ਬਦ ਕਿ ਪਹਿਰੇਦਾਰਾਂ ਨੇ ਸ਼ਿਕਾਇਤ ਕੀਤੀ ਜਾ ਕੇ ਕਿ ਇਹ ਸਿੰਘਣੀਆਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਨੇ, ਸਾਡੇ ਸਿਰ ਪਾਟਣ ਲੱਗ ਗਏ ਨੇ, ਭੁੱਖੀਆਂ ਪਾਣੀਆਂ ਦੇ ਪਤਾ ਨੀ ਕਿੱਥੋਂ ਇਹਨਾਂ ਦੇ ਅੰਦਰ ਇੰਨਾ ਦਮ ਏ, ਤੇ ਅੱਗੋਂ ਸਗੋਂ ਇਹ ਕਹਿ ਕੇ ਕਿ ਵਾਹਿਗੁਰੂ ਦਾ ਭਾਣਾ ਏ ਤੇਰਾ ਕੀਤਾ ਮਿੱਠਾ ਲੱਗ ਕੇ ਇਹ ਆਨੰਦਿਤ ਮਹਿਸੂਸ ਕਰਦੀਆਂ ਨੇ। ਵੇਖੋ ਮੁਗਲ ਇਤਿਹਾਸ ਵਿੱਚ ਇਹ ਜ਼ਿਕਰ ਹੋਣਾ ਕਿ ਉਹ ਆਨੰਦਿਤ ਮਹਿਸੂਸ ਕਰਦੀਆਂ ਨੇ, ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਚੜ੍ਹਦੀ ਕਲਾ ਵਿੱਚ ਉਹ ਔਰਤਾਂ ਉਸ ਸਮੇਂ ਹੋਣਗੀਆਂ। ਹੁਣ ਉਸ ਇਹ ਸਾਰਾ ਕੁਛ ਵੇਖ ਕੇ ਮੀਰ ਮੰਨੂ ਦੇ ਸੱਤੀ ਕਪੜੀ ਅੱਗ ਲੱਗ ਗਈ, ਜੋ ਉਸਨੇ ਫਿਰ ਅੱਗੋਂ ਕਿਹਾ ਉਹ ਅੱਤ ਸੀ ਜੋ ਅਸੀਂ ਸਾਰੇ ਜਾਣਦੇ ਹਾਂ, ਕਿ ਉਹਨੇ ਕਿਹਾ ਕਿ ਜੇ ਮੈਂ ਇਹਨਾਂ ਔਰਤਾਂ ਅੱਗੇ ਹਾਰ ਗਿਆ ਤੇ ਇਹ ਔਰਤਾਂ ਮੇਰੇ ਆਖੇ ਨਾ ਲੱਗੀਆਂ ਤਾਂ ਕਿੰਨੀ ਜ਼ਬਰਦਸਤ ਬੇਇੱਜ਼ਤੀ ਹੋ ਜਾਣੀ ਹੈ ਕਿ ਮੈਂ ਸਿੱਖ ਤਾਂ ਸਾਰੇ ਵੱਢ ਛੱਡੇ ਤੇ ਇਹ ਕਮਜ਼ੋਰ ਔਰਤਾਂ ਜਿਹਨਾਂ ਨੂੰ ਮੰਨਦਾ ਸੀ, ਭਾਈ ਇਹ ਹਿੱਲੀਆਂ ਵੀ ਨਹੀਂ, ਡਰੀਆਂ ਵੀ ਨਹੀਂ ਇੰਨੇ ਜ਼ੁਲਮ ਦੇ ਬਾਅਦ। ਸੋ ਉਸਨੇ ਸਭ ਤੋਂ ਪਹਿਲੀ ਚੀਜ਼ ਕੀਤੀ ਕਿ ਅਨਾਜ ਦੀ ਮਾਤਰਾ ਵਧਾਈ ਤੇ ਉਹਨਾਂ ਦਾ ਖਾਣਾ ਅੱਧਾ ਕਰ ਦਿੱਤਾ, ਯਾਨੀ ਚੱਪਾ ਰੋਟੀ ਦੇਣੀ ਸ਼ੁਰੂ ਕੀਤੀ। ਹੁਣ ਜਿਵੇਂ ਮੈਂ ਦੱਸਿਆ ਸੀ, ਚੱਕੀ ਤੇ ਪਾਟ ਛਾਤੀ ਤੇ ਰੱਖੇ, ਫਿਰ ਉਹਨੇ ਦੋ ਦੋ ਪਾਟ ਰੱਖਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਔਰਤਾਂ ਸ਼ਹੀਦ ਵੀ ਹੋ ਗਈਆਂ, ਪਰ
ਉਹਨਾਂ ਦੀਆਂ ਜਿਹੜੀਆਂ ਵੀ ਉਹਨਾਂ ਚੋਂ ਜ਼ੁਲਮ ਸਹਿਣ ਤੋਂ ਬਾਅਦ ਜ਼ਿੰਦਾ ਰਹਿ ਗਈਆਂ ਸਨ, ਉਹਨਾਂ ਦੇ ਅੰਦਰਲਾ ਵਿਸ਼ਵਾਸ ਵੇਖ ਕੇ ਉਸ ਸਮੇਂ ਮੀਰ ਮੰਨੂ ਦੀ ਨੀਂਦਰ ਹਰਾਮ ਹੋ ਗਈ ਸੀ, ਤਾਂ ਉਹ ਗੁੱਸੇ ਨੇ ਉਹਨੂੰ ਅੰਨਾ ਕਰ ਦਿੱਤਾ ਸੀ, ਜਿਸ ਨਾਲ ਉਹਨੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਕਿ ਬੀਬੀ ਸੁਭਾਗੀ ਦੇ ਕੁੱਛੜ ਵਿੱਚ ਜੋ ਬਾਲ ਸੀ, ਪਹਿਲਾ ਜੋ ਉਸਨੇ ਕੰਮ ਕੀਤਾ ਕਿ ਉਹਨੇ ਪਹਿਰੇਦਾਰਾਂ ਤੋਂ ਦਰਵਾਜ਼ਾ ਖੁਲਵਾਇਆ ਤੇ ਕਿਹਾ ਕਿ ਇਹ ਜਿਹੜੀ ਬੀਬੀ ਹੈ ਇਹਦਾ ਛਾਤੀ ਨਾਲ ਚੁੰਘਦਾ ਬਾਲ ਫੜ ਲਿਆ ਜਾਵੇ, ਤੇ ਉਹ 1.5 ਵਰ੍ਹਿਆਂ ਦਾ ਬਾਲ ਸੀ ਜਿਹੜਾ ਖੋ ਕੇ, ਤੇ ਉਹਨੂੰ ਕਿਹਾ ਗਿਆ ਕਿ ਆਖਰੀ ਵਾਰ ਕਹਿ ਰਿਹਾ ਇਸਲਾਮ ਕਬੂਲ ਕਰ ਲੈ, ਨਹੀਂ ਤਾਂ ਨੇਜ਼ੇ ਨਾਲ ਤੇਰਾ ਇਹ ਪੁੱਤਰ ਫੁੰਡ ਦਿੱਤਾ ਜਾਏਗਾ। ਕਿਸੇ ਵੀ ਮਾਂ ਲਈ, ਤੁਸੀਂ ਤੇ ਮੈਂ ਅਸੀਂ ਵੀ ਮਾਵਾਂ, ਸੋਚ ਕੇ ਵੇਖੀਏ ਕਿ ਮਾਂ ਦਾ ਹਿਰਦਾ ਕਿਵੇਂ ਬਲੂੰਦਰਦਾ ਹੈ ਕਿ ਮੇਰੀਆਂ ਅੱਖਾਂ ਸਾਹਮਣੇ ਮੇਰਾ ਨਿੱਕਾ ਬਾਲ ਜਿਹਨੂੰ 9 ਮਹੀਨੇ ਆਪਣੇ ਲਹੂ ਨਾਲ ਪਾਲਿਆ ਹੋਵੇ ਤੇ ਇਸ ਤਰੀਕੇ ਸ਼ਹੀਦ ਹੋ ਜਾਏ, ਕਿਵੇਂ ਬਰਦਾਸ਼ਤ ਕੀਤਾ ਜਾਂਦਾ ਹੈ। ਪਰ ਕਿੰਨੀ ਸਿਰੜ ਸੀ, ਕਿੰਨੀਆਂ ਸਿਦਕੀ ਸਨ, ਕਿੰਨਾ ਆਪਣੇ ਗੁਰੂ ਦੇ ਨਾਮ ਨਾਲ ਜੁੜੀਆਂ ਹੋਈਆਂ ਸਨ, ਜਿਨ੍ਹਾਂ ਨੇ ਇਹ ਸਾਰਾ ਉਸ ਆਪਣੇ ਗੁਰੂ ਤੇ ਭਰੋਸਾ ਰੱਖਦਿਆਂ ਇੱਥੇ ਤੱਕ ਕਹਿ ਦਿੱਤਾ ਕਿ ਇਸਲਾਮ ਕਬੂਲ, ਯਾਨੀ ਉਹਦੇ ਸਾਹਮਣੇ ਇਹ ਕਿਹਾ ਗਿਆ ਵੀ ਇਸਲਾਮ ਕਬੂਲ ਕਰ, ਤੈਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਮਿਲੇਗੀ। ਨਹੀਂ ਤਾਂ ਯਾਨੀ ਜੋ ਉਸ ਸਮੇਂ ਹੁਣ ਫਿਰ ਲਿਖਿਆ ਮਿਲਦਾ, ਜੇ ਮੈਂ ਫਿਰ ਉਹ ਸ਼ਬਦ ਜੋ ਲਿਖੇ ਗਏ ਭਾਵੇਂ ਇੱਕ ਲਾਈਨ ਜੇ, ਪਰ ਉਹਦੇ ਵਿੱਚ ਕਿੰਨੀ ਕੁ ਡੂੰਘੀ ਗੱਲ ਲੁਕੀ ਹੈ ਸਾਨੂੰ ਸਮਝ ਆ ਜਾਂਦੀ ਹੈ, ਜਿੱਥੇ ਕਿਹਾ ਲਿਖਿਆ ਜੇ ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ, ਆਪਣੇ ਗੁਰੂ ਤੋਂ 1,000 ਪੁੱਤਰ ਵਾਰਨ ਨੂੰ ਤਿਆਰ ਹਾਂ, ਪਰ ਸਿੱਖੀ ਤਿਆਗਣ ਨੂੰ ਤਿਆਰ ਨਹੀਂ। ਇੰਨੀ ਕੁ ਸ਼ਬਦ ਦੇ ਵਿੱਚ ਮੇਰਾ ਖਿਆਲ ਹੈ ਸਾਨੂੰ ਸਮਝ ਆ ਜਾਂਦੀ ਹੈ ਕਿ ਉਸ ਔਖਿਆਈ ਦੇ ਵਿੱਚੋਂ ਜਿੱਥੇ ਅੱਜ ਦੀਆਂ ਖਿਮਾ ਕਰਨਾ ਔਰਤਾਂ ਪਤੀ ਸਿਰ ਤੇ ਨਾ ਰਵੇ ਤੇ ਕਿੰਨੀਆਂ ਢਹਿੰਦੀ ਕਲਾ ਵਿੱਚ ਚਲੀਆਂ ਜਾਂਦੀਆਂ ਨੇ, ਤੇ ਖੌਰੇ ਕਿੰਨੇ ਕੁ ਅਪਸ਼ਬਦ ਵੀ ਬੋਲ ਦਿੰਦੀਆਂ ਨੇ ਗੁਰੂ ਲਈ ਕਿ ਸਾਡੇ ਤੇ ਹੀ ਸਾਰਾ ਜ਼ੁਲਮ ਢਾ ਦਿੱਤਾ, ਸਾਡੇ ਤੇ ਹੀ ਕਹਿਰ ਪਿਆ, ਆਖਰ ਕਿਉਂ, ਯਾਨੀ ਸਵਾਲ ਵੀ ਕਰ ਦਿੰਦੇ ਆ। ਪਰ ਉਹਨਾਂ ਦਾ ਧੰਨ ਜਿਗਰਾ ਜਿਸਨੇ ਇਹ ਸ਼ਬਦ ਮੁਗਲ ਇਤਿਹਾਸ ਵਿੱਚ ਦਰਜ ਹੋਣ ਦਾ ਮਤਲਬ ਇਹ ਬਹੁਤ ਕੁਛ ਹੋਰ ਕਿਹਾ ਹੋਣਾ, ਉਹ ਸਾਰਾ ਕੁਛ ਨਹੀਂ ਲਿਖਣਗੇ। ਜਿਸ ਤਰੀਕੇ ਉਹਦਾ ਮਲੂਕ ਫੁੱਲ ਜਿਹਾ ਬਾਲ ਉਛਾਲ ਕੇ ਨੇਜ਼ੇ ਤੇ ਨਾਲ ਵਿੰਨ ਦਿੱਤਾ ਗਿਆ, ਤਤੀਰੀਆਂ ਵਹੀਆਂ, ਅਸੀਂ ਸਮਝ ਸਕਦੇ ਹਾਂ ਕਿ ਕਿਵੇਂ ਉਸ ਮਾਂ ਨੇ ਆਪਣਾ ਜਿਗਰਾ ਰੱਖਿਆ ਹੋਣਾ। ਪਰ ਉਸ ਗੁਰੂ ਸਾਹਿਬ ਦੀ ਸਿੱਖਿਆ ਨੂੰ ਜਿਵੇਂ ਉਸ ਬੀਬੀ ਨੇ ਚੰਮ ਨਾਲ ਹੰਢਾਇਆ, ਉਸ ਤੋਂ ਬਾਅਦ ਜਿੰਨੀਆਂ ਹੋਰ ਬੀਬੀਆਂ ਸਨ ਹੋਰ ਸਖਤ ਹੋਰ ਕਰੜੀਆਂ ਹੋ ਗਈਆਂ ਕਿ ਜੇ ਇਹ ਇੱਕ ਬੀਬੀ ਨਾਲ ਇੰਨਾ ਜ਼ੁਲਮ ਹੋਣ ਦੇ ਬਾਅਦ ਉਹ ਖੜੀ ਰਹਿ ਸਕਦੀ ਹੈ ਤਾਂ ਭਈ ਅਸੀਂ ਵੀ ਇੰਨੀਆਂ ਹੀ ਕਰੜੀਆਂ ਰਵਾਂਗੇ। ਮੀਰ ਮੰਨੋ ਦੇ ਸੱਤੀ ਕੱਪੜੀ ਅੱਗ ਲੱਗ ਗਈ ਸੀ ਕਿ ਇੰਨਾ ਹੋਣ ਦੇ ਬਾਅਦ ਵੀ ਔਰਤ ਨਹੀਂ ਥਿੜਕੀ, ਆਖਰ ਕਿਸ ਮਿੱਟੀ ਦੀਆਂ ਬਣੀਆਂ ਨੇ। ਤਾਂ ਫਿਰ ਉਹਨੇ ਉਸ ਵੇਲੇ ਜੋ ਅੱਤ ਦਾ ਹੋਰ ਕਹਿ ਸਕਦੇ ਹਾਂ ਜ਼ੁਲਮ ਅੱਗੋਂ ਕੀਤਾ ਕਿ ਉਸੇ ਬਾਲ ਦਾ ਮਾਸ ਬੀਬੀ ਸੁਭਾਗੀ ਦੇ ਮੂੰਹ ਵਿੱਚ ਵੀ ਤੁੰਨਿਆ, ਯਾਨੀ ਟੋਟਿਆਂ ਨੂੰ ਬੰਨ ਕੇ ਫਿਰ ਉਹਦੇ ਗਲੇ ਦੁਆਲੇ ਵੀ ਪਾ ਦਿੱਤਾ। ਇਹ ਇੰਨੀ ਅੱਤ ਕੋਈ ਮਾਂ ਜਰ ਨਹੀਂ ਸਕਦੀ। ਮੈਂ ਸਿਰ ਨਿਉਂਦਾ ਉਸ ਬੀਬੀ ਅੱਗੇ ਕਿ ਤਾਨੇ ਉਹ ਮਾਂ ਜਿਸਨੇ ਇੰਨੀ ਵੱਡੀ ਕੁਰਬਾਨੀ ਦੇਣ ਤੋਂ ਬਾਅਦ ਵੀ ਇਹੋ ਕਿਹਾ, ਜੋ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਤੇਰਾ ਹੀ ਦਿੱਤਾ ਸੀ, ਤੇਰੇ ਕੋਲ ਹੀ ਵਾਪਸ ਪਹੁੰਚਿਆ, ਸ਼ੁਕਰ ਹੈ। ਸ਼ੁਕਰ ਦਾ ਸ਼ਬਦ ਵਰਤ ਲੈਣਾ ਤਗੜੀ ਇਸ ਤੋਂ ਚਪੇੜ ਉਸ ਮੁਗਲ ਪੂਰੇ ਸਮਰਾਜ ਲਈ ਨਹੀਂ ਹੋ ਸਕਦੀ। ਇੱਕ ਨਿਹੱਥੀ ਔਰਤ ਜੇਲ੍ਹ ਵਿੱਚ ਕੈਦ, ਪਤੀ ਨਹੀਂ ਹੈ, ਪੁੱਤਰ ਵੱਢ ਦਿੱਤਾ, ਤੇ ਫਿਰ ਵੀ ਉਹ ਖੜੀ ਹੈ ਕਿ ਮੈਂ ਵੀ ਕੁਰਬਾਨ ਹੋ ਜਾਵਾਂ, 100 ਪੁੱਤਰ ਹੋਰ ਵੀ ਕੁਰਬਾਨ ਕਰ ਦਿੰਨੀ ਆ, ਪਰ ਗੁਰੂ ਦੀ ਕਹੀ ਗੱਲ ਤੋਂ ਥਿੜਕਣਾ ਨਹੀਂ। ਯਾਨੀ ਇਹ ਸੁਨੇਹਾ ਸੀ ਜਿੱਥੇ ਅਸੀਂ ਕਹਿ ਸਕਦੇ ਹਾਂ ਇੱਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ ਸੀ। ਦੁਨੀਆ ਵਾਸਤੇ ਮੇਰਾ ਖਿਆਲ ਹੈ ਇਸ ਤੋਂ ਤਗੜੀ ਦਿਲ ਟੁੰਬਵੀ ਕੋਈ ਘਟਨਾ ਸ਼ਾਇਦ ਹੀ ਕਿਤੇ ਹੋਵੇ, ਜਿੱਥੇ ਸਾਰੀਆਂ ਸਿੱਖ ਔਰਤਾਂ ਨੇ ਇਹ ਮੰਨ ਲਿਆ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਨਾ, ਅਸੀਂ ਨੱਚੇ ਆਪਣੇ ਨੇਜ਼ਿਆਂ ਨਾਲ ਫੁੰਡਵਾ ਸਕਦੇ ਹਾਂ, ਤੇ ਹਰ ਇੱਕ ਨਾਲ ਇਹੋ ਹੋਇਆ। ਪਰ ਮੈਂ ਇੱਕ ਹੋਰ ਬੀਬੀ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ ਜਿਸਦਾ ਵੱਖ ਜ਼ਿਕਰ ਕੀਤਾ ਗਿਆ, ਉਹ ਸੀ ਬੀਬੀ ਲੱਛੀ। ਕਮਾਲ ਇਹ ਵੇਖੋ ਕਿ ਇਹ ਮੁਸਲਮਾਨ ਔਰਤ ਸੀ, ਤਬਦੀਲ ਹੋਈ ਸੀ ਆਪ, ਸਿੱਖ ਧਰਮ ਉਹਨੇ ਆਪ ਕਬੂਲ ਕੀਤਾ ਸੀ, ਕਿਸੇ ਨੇ ਜ਼ੋਰ ਜ਼ਬਰਦਸਤੀ ਨਹੀਂ ਸੀ ਕੀਤੀ, ਤੇ ਸਿੱਖ ਨਾਲ ਫਿਰ ਵਿਆਹ ਵੀ ਕੀਤਾ, ਤੇ ਉਹ
इस थां ते, यानी उन्हें वापस इस्लाम ही कबूल करना सी, कोई सिख धर्म तो नहीं सी जाना, पर किस तरीके वो प्रणाई हुई सी सिख धर्म नाल, सिखी सोच नाल, कि वो भी वापस उन्हें इनकार कर दिता कि मैं वापस इस्लाम कबूल नहीं करना। अत दी खूबसूरत सी, इसे करके उदा जिक्र किया गया। जिक्र ता होया कि काजी दा उस ते दिल आ गया सी, उन वक्त रखिया गया, काफी उस ते जोर पाया। उदे कोल पौने 2 साल दा बच्चा सी, जिस दा यानी उन्हों अशरफियां दित्तियां, उन्हों भोजन वधिया देन दे कीती, हर चीज उस ते अजमाई गई, पर वो बिल्कुल हर चीज तो इनकारी सी। फिर जो लिखिया गया कि उदे बच्चे नू पुट्ठा टंगिया गया उदे सामने, ते उदे तलवार नाल अद्धा चीर दे दिता गया लत तो ढिड तक, जिस ते ततीरियां वह गईयां। चीकदा रहा बच्चा, हाड़े कटदा रहा, मां मां, ते ए इनू यानी जुलम सी कि तू वेख ए चीकदा तेरा न्याणा, ते फिर भी तू इस्लाम कबूल करेंगी छड़ देंगे, ते राज दी तेनू मलिका बना देंगे। पर वो बीबी अडोल चित जो लिखते ने हुण के मुगल इतिहास विच, शांत चित बैठी रही, ते उन्हें भी ओहो क्या कि जान भावे चली जाए पर मैं ये धर्म नहीं छड़ना, हे गुरु साहेब बस इन्नी हिम्मत बख्श देना कि मैं सिखी केसा सुआसा नाल निभा जावां। है ना कमाल, इस शब्द की डूंगियाई समझिए कि साडा बाल सामने चीरिया जांदा होवे, ततीरियां लहू दियां वह रही होन, ते उहाड़े कढ़दा होवे, ते फिर भी इस हाल विच वो हिम्मत मंग रही है कि मैं ये सब जर जावां, ते मैं अपना धर्म नहीं तब्दील होना। हुण ये चीज उन्हां तो जरी नहीं गई, जो इतिहास विच कुछ ही समा होर जे मैं लेना चाहनी हाँ, जी पर मैं जो उस चिक होर पहरा खास तौर ते बीबी लच्छी दा, क्योंकि जिथों मैं पढ़िया ये इतिहास दे विच पौना क पन्ना ही सी सिर्फ इस बीबी ते लिखिया, पर वो पौने पन्ने विच सिख इतिहास दियां जड़ां दे बारे किन्नी डूंगी जानकारी मिलदी है, तुसी हैरान हो जाओगे कि की लिखिया उत्थे। क्योंकि देखो जदों कोई उल्ट जना लिखदा है तो वो अपनी वडियाई करता जे सामने दुश्मन की वडियाई नहीं करता, नहीं तो करता। जदों कोई दिमाग तो मजबूर हो जावे कि मैं दुश्मन की वडियाई कर रहा तो मतलब है कि सिर तो पानी लंघ जाता, ताई कीता जाता जी। हुण ओदा लिखदे ने कि चाबक मार मार के लच्छी दी चमड़ी उधेड़ दिती गई, उन्हों कुट कुट के यानी 18 घंटे मार कुटाई ओदे नाल हुई, लहू लुहान हो गई, पुट्ठी भी टंगी गई, अखीर थल्ले लाई गई कि हुण मन लै, तां उदों ए बीबी तुर सकण दे योग नहीं सी रही। जो हुण ओह लिखी जे 17 लिखदे ने कि जदों 18 घंटिआं बाद पुट्ठी टंगी बीबी लच्छी थल्ले लाई गई तां खड़ी होण योग नहीं सी। काजी ने आखरी वार विआह लई जोर दित्ता तां उहने अगों ना विच सिर्फ सिर हिलाया, क्योंकि बोल सकण दी हिम्मत नहीं सी बची, ते फिर जिन्नी क हिम्मत बची सी कुछ मुंह विच कुछ हल्की आवाज नाल उसने नितनेम पूरा कीता, ते जो आखरी अरदास कीती ओ मेरा ख्याल है दुनिया भर दे सब धर्मां विचों एक वख मिसाल कायम कर दित्ती। बीबी ने कहा, सच्चे पातशाह सारी रात आप जी दे भाणे विच मन के सुख नाल बतीत कीती है। ये शब्द मैं सिर्फ इन बिन पढ़ के सुना रही हूं जो लिखे हुए, ये शब्द उस बीबी वालों जिदे आखरी साह सत निकल चले ने, अरदास कर रही है, सच्चे पातशाह सारी रात आप जी दे भाणे नू मन के सुख नाल बतीत कीती है, आप जी ने अपनी अमानत वापस लै ली है, उस जी दा उसका कोटन कोट धनवाद, अगे वास्ते भाणा मनन दा बल बख्शना, ते उद्दम करन दी बख्शीश देनी, प्राण जाए पर सिखी ना जाए बस इन्नी मेहर करना। हुण ये जो आखरी सतर है, मैं चाहनी हाँ सुनन वाले जरा कु गौर करन, ये आखरी सतर मेरा ख्याल है सिख धर्म दी जिन्नी डूंघाई है ओदी इन बिन इन्नी एक सतर दे विच सब बयान हो जाती है, जो गुरु साहिब दी सोच किन्नी पाक ते पवित्र सी, कि उसकी आखिरी लाइन जो लिखी है मुगल इतिहास विच कि बस इन्नी मेहर करना, ये जुलम करन वालियां भुलियां हुई रूहां हन, इन्हां नू जरूर मुआफ कर देना। है ना कमाल, कि इन्ना जुलम सहन बाद एक हर्फ माड़ा नहीं बोलिया कि मेरा पुत्र लहू लुहान करके चीर लीरो लीर कर छड़िया, मेरा जो हाल किता वो वख,
ਭੁੱਖੀਆਂ ਭਾਣੀਆਂ 18-18 ਘੰਟੇ ਲਟਕੀਆਂ ਵੀ, ਜੇ ਆਪਣੇ ਉੱਤੇ ਜ਼ੁਲਮ ਢਾਉਣ ਵਾਲੀਆਂ ਲਈ ਇਹ ਅਰਦਾਸ ਕਰ ਸਕਦੀਆਂ ਨੇ ਕਿ ਭਈ ਇਹਨਾਂ ਨੂੰ ਮੁਆਫ ਕਰ ਦੇਣਾ, ਤੇ ਇਸ ਤੋਂ ਵੱਡਾ ਮੇਰਾ ਖਿਆਲ ਹੈ ਕੋਈ ਜਿਗਰਾ ਹੋ ਹੀ ਨਹੀਂ ਸਕਦਾ ਕਿ ਸੈਨਿਕਾਂ ਦਾ ਦਿਲ ਦਹਿਲ ਗਿਆ ਸੀ, ਉਹ ਪਰੇ ਹਟ ਗਏ ਸਨ ਕਿ ਇਹ ਚੰਗੀਆਂ ਰੂਹਾਂ ਨੇ, ਅਸੀਂ ਇਹਨਾਂ ਤੇ ਜ਼ੁਲਮ ਜੋ ਕਰ ਰਹੇ ਹਾਂ ਮਾੜੀ ਗੱਲ ਹੈ। ਕਿ ਫਿਰ ਜਿਸ ਕਰਕੇ ਇਹ ਜ਼ਿਕਰ ਕੀਤਾ ਗਿਆ ਕਿ ਉੱਥੇ ਜੋ ਇਹਨਾਂ ਦਾ ਸੈਨਿਕਾਂ ਦਾ ਜੋ ਮੁਖੀ ਸੀ, ਉਸਨੇ ਅਖੀਰ ਪਤਾ ਜੇ ਕੀ ਸਤਰ ਲਿਖੀ ਸੀ, ਉਹਨੇ ਉਸ ਸਮੇਂ ਕਿਹਾ ਕਿ ਜਿਸ ਕੌਮ ਦੀਆਂ ਔਰਤਾਂ ਇੰਨੀਆਂ ਸਖਤ ਜਾਨ ਹੋਣ, ਉਹ ਕੌਮ ਦੁਨੀਆ ਭਰ ਵਿੱਚ ਆਪਣਾ ਨਾਮ ਜ਼ਰੂਰ ਚਮਕਾਏਗੀ ਤੇ ਇਹ ਦੁਨੀਆ ਵਿੱਚ ਰਾਜ ਕਰਨ ਵਾਲੀ ਕੌਮ ਹੋਏਗੀ। ਹੈ ਨਾ ਕਮਾਲ ਕਿ ਦੁਸ਼ਮਣ ਇਹ ਚੀਜ਼ ਲਿਖ ਦੇਵੇ, ਤਾਂ ਮੇਰਾ ਖਿਆਲ ਹੈ ਕਿ ਪੂਰੀ ਸਿੱਖ ਕੌਮ ਨਤਮਸਤਕ ਹੋਣੀ ਚਾਹੀਦੀ ਸੀ, ਇਹਨਾਂ 300 ਬੀਬੀਆਂ ਦੀ ਵੱਖ ਯਾਦਗਾਰ ਬਣਨੀ ਚਾਹੀਦੀ ਸੀ, ਇਹਨਾਂ ਦੇ ਟੱਬਰ ਲੱਭਣੇ ਚਾਹੀਦੇ ਸੀ, ਤਾਂ ਕਿ ਉਹਨਾਂ ਦੀ ਪੁਸ਼ਤਾਂ ਅਸੀਂ ਉਹਨਾਂ ਚੋਂ ਲੱਭ ਕੇ ਸਮਝ ਸਕਦੇ ਕਿ ਸਾਡੇ ਵੱਡੇ ਵਡੇਰੇ ਕਿੰਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਮੌਜੂਦ ਰਹੇ। ਪਰ ਅਸੀਂ ਸਭ ਕੁਝ ਭੁਲਾ ਦਿੱਤਾ। ਸ਼ੁਕਰ ਹੈ ਕਿ 1760 ਵਿੱਚ ਹਰ ਰੋਜ਼ ਦੀ ਅਰਦਾਸ ਕਰਨ ਵਿੱਚ ਇਹਨਾਂ 300 ਬੀਬੀਆਂ ਦਾ ਜ਼ਿਕਰ ਕਰਨਾ ਲਾਜ਼ਮੀ ਕਰ ਦਿੱਤਾ ਗਿਆ। ਪਰ ਫਿਰ ਵੀ ਅਸੀਂ ਇਹਨਾਂ ਤਾਂ ਜ਼ਰੂਰ ਕਰ ਸਕਦੇ ਹਾਂ ਕਿ ਇਹਨਾਂ ਦੀ ਯਾਦ ਵਜੋਂ ਜੋ ਤੁਸੀਂ ਮੇਰਾ ਖਿਆਲ ਹੈ ਪਹਿਲੇ ਹੋਵੋਗੇ ਦੁਨੀਆ ਭਰ ਵਿੱਚ ਜਿਨ੍ਹਾਂ ਨੇ ਹਿੰਮਤ ਵਿਖਾਈ ਹੈ ਕਿ ਇਹਨਾਂ 300 ਬੀਬੀਆਂ ਨੂੰ ਅਸੀਂ ਵਾਪਸ ਉਜਾਗਰ ਕਰ ਸਕੀਏ, ਇਹਨਾਂ ਦੀ ਯਾਦ ਤਾਜ਼ਾ ਕਰ ਸਕੀਏ। ਪਰ ਤੁਹਾਡੇ ਰਾਹੀਂ ਮੈਂ ਸਿਰਫ ਮੰਗ ਹੀ ਕਰ ਸਕਦੀ ਹਾਂ ਕਿ ਜਦੋਂ ਅਗਲੀ ਵਾਰ ਕਿਤੇ ਅਰਦਾਸ ਹੋਵੇ ਇਹਨਾਂ ਬੀਬੀਆਂ ਦਾ ਨਾਂ ਵੀ ਲਿਆ ਜਾਵੇ, ਗੁਰੂ ਘਰਾਂ ਵਿੱਚ ਇਹਨਾਂ ਦੀ ਯਾਦਗਾਰ ਵੀ ਬਣੇ, ਕੰਧਾਂ ਤੇ ਇਹਨਾਂ ਦੇ ਵੀ ਨਾਂ ਲਿਖੇ ਜਾਣ, ਕਿਉਂਕਿ ਜੋ ਕੁਛ ਇਹਨਾਂ ਨੇ ਬੀਬੀਆਂ ਨੇ ਪਿੰਡੇ ਤੇ ਹੰਢਾ ਕੇ ਸਾਹਮਣੇ ਦੱਸ ਦਿੱਤਾ ਉਹ ਹੈ ਕਿ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹੋ ਜਿਹੀ ਜੋ ਬਰਦਾਸ਼ਤ ਦੀ ਉਹਨਾਂ ਨੇ ਸਿਖਰ ਦਿਖਾ ਦਿੱਤੀ ਹੈ, ਦਿਲੋਂ ਹੂਕ ਉੱਠਦੀ ਹੈ ਵਾਕਈ ਇਹਨਾਂ ਲਈ ਕਿ ਇਹੋ ਜੇ ਜਦ ਤੱਕ ਸਿੱਖ ਕੌਮ ਵਿੱਚ ਬੰਦੇ ਹਨ, ਮੇਰਾ ਖਿਆਲ ਹੈ ਇਸ ਕੌਮ ਤੇ ਕਿੰਨਾ ਵੀ ਭਾਰੀ ਸਮਾਂ ਆ ਜਾਵੇ ਇਹ ਜਰ ਜਾਣਗੇ, ਜ਼ਰੂਰ ਨਿਖਰ ਕੇ ਅੱਗੋਂ ਕੌਮ ਪਹਿਲਾਂ ਨਾਲੋਂ ਤਗੜੇ ਹੋ ਜਾਏਗੀ ਅਗਾਂਹ ਨਿਕਲ ਕੇ। ਪਰ ਦਿਲੋਂ ਇੱਕ ਮੇਰੀ ਵੀ ਦਰਦ ਭਰੀ ਆਵਾਜ਼ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਸੱਚਮੁੱਚ ਜ਼ੁਲਮ ਦੀ ਸਿਖਰ ਸੀ ਉਸ ਸਮੇਂ, ਪਤਾ ਨਹੀਂ ਕਿਉਂ ਰੱਬ ਨਹੀਂ ਬੋੜਿਆ ਕਿ ਇਹਨਾਂ ਨੂੰ ਇਹਨਾਂ ਬੀਬੀਆਂ ਦੇ ਉੱਤੇ ਸਿਰ ਤੇ ਹੱਥ ਰੱਖਦੇ, ਇਹਨਾਂ ਲਈ ਵੀ ਕੋਈ ਨਾ ਕੋਈ ਆਵਾਜ਼ ਚੁੱਕਦੇ। ਪਰ ਅੱਜ ਸ਼ਰਮ ਆਉਂਦੀ ਜੇ ਆਪਣੇ ਤੇ ਕਿ ਸਿੱਖ ਕੌਮ ਇਹਨਾਂ ਬੀਬੀਆਂ ਦੀ ਮਹਾਨ ਕੁਰਬਾਨੀ ਨੂੰ ਕਿਤੇ ਪਿਛਾਂ ਸੁੱਟ ਚੁੱਕੀ ਜੇ, ਕਦੇ ਇਹਨਾਂ ਦਾ ਦਿਨ ਨਹੀਂ ਮਨਾਇਆ ਜਾਂਦਾ, ਯਾਦਗਾਰ ਤਾਂ ਕਿਤੇ ਹੀ ਦੂਰ ਰਹੀ। ਹੋ ਸਕਦਾ ਹੈ ਤੁਹਾਡੇ ਪ੍ਰੋਗਰਾਮ ਰਾਹੀਂ ਸ਼ਾਇਦ ਕਿਸੇ ਦੇ ਚਿੱਤ ਚੇਤੇ ਚ ਵਾਪਸ ਆਉਣ, ਤੇ ਅਸੀਂ ਕੋਸ਼ਿਸ਼ ਕਰੀਏ ਰਲ ਮਿਲ ਕੇ ਕਿ ਦੁਨੀਆ ਵਿੱਚ ਇਹਨਾਂ ਲਈ ਵੀ ਕੋਈ ਦਿਨ ਮਨਾਇਆ ਜਾਏ ਕਿ ਇਹ ਜਿਹੜੀਆਂ ਬੀਬੀਆਂ ਸਨ ਆਉਣ ਵਾਲੀਆਂ ਨਸਲਾਂ ਚ ਜਿੰਨੀਆਂ ਵੀ ਅੱਗੋਂ ਸਾਡੀਆਂ ਸਿੱਖ ਬੱਚੀਆਂ ਆ ਰਹੀਆਂ ਨੇ, ਸ਼ਾਇਦ ਕੋਈ ਸੇਧ ਲੈ ਕੇ ਤਗੜੀਆਂ ਬਣ ਸਕਣ। ਬਹੁਤ ਖੂਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸੁਣਨ ਵਾਲੇ ਵੀ ਇਹਦੇ ਉੱਪਰ ਜੋ ਵੀ ਤੁਸੀਂ ਦੱਸਿਆ ਅਮਲ ਕਰਨ, ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਉਹਨਾਂ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਆ, ਉਹਨਾਂ ਨੂੰ ਹਮੇਸ਼ਾ ਯਾਦ ਕੀਤੇ ਜਾਣਾ ਚਾਹੀਦਾ। ਜਦੋਂ ਤੁਸੀਂ ਇਹ ਸਾਰਾ ਕੁਛ ਦੱਸ ਰਹੇ ਸੀ ਤੇ ਮੇਰੇ ਇੱਕ ਦਿਮਾਗ ਵਿੱਚ ਗੱਲ ਆ ਰਹੀ ਸੀਗੀ ਕਿ ਕੀ ਇਤਿਹਾਸ ਵਿੱਚ ਕਿਤੇ ਮਿਲਦਾ ਹੈ ਕਿ ਕੀ ਉਸ ਟਾਈਮ ਤੇ ਇਹਨਾਂ ਨਾਲ ਬਲਾਤਕਾਰ ਵਰਗੇ ਵੀ ਕੋਈ ਕੁਕਰਮ ਹੋਏ? ਜੀ ਬਿਲਕੁਲ, ਜ਼ਿਕਰ ਮਿਲਦਾ ਜੇ ਦੱਬੀ ਕੁੱਟੀ ਆਵਾਜ਼ ਵਿੱਚ, ਕਿਉਂਕਿ ਉਹਨਾਂ ਸਮਿਆਂ ਵਿੱਚ ਜਿਵੇਂ ਹੁਣ ਦਾ ਮਰਦ ਪ੍ਰਧਾਨ ਸਮਾਜ ਨਾਲੋਂ ਉਦੋਂ ਔਰਤ ਨੂੰ ਇੰਨੀ ਖੁੱਲ ਨਹੀਂ ਸੀ, ਬਿਲਕੁਲ ਇਸ ਚੀਜ਼ ਦਾ ਦੱਬੀ ਕੁੱਟੀ ਜ਼ਬਾਨ ਵਿੱਚ ਜ਼ਿਕਰ ਮਿਲਦਾ ਜੇ ਕਿ ਇਹਨਾਂ ਨਾਲ ਜੋ ਲਫ਼ਜ਼ ਅੰਗਰੇਜ਼ੀ ਵਿੱਚ, ਕਿਉਂਕਿ ਕੁਝ ਬ੍ਰਿਟਿਸ਼ ਜਰਨਲਿਸਟ ਸਨ ਜਿਨ੍ਹਾਂ ਨੇ ਲਿਖਿਆ ਕਿ ਦੇ ਵਰ ਮੈਲ ਟ੍ਰੀਟਿਡ ਮੈਨੀ ਵਰ ਰੇਪਡ, ਇੰਨੀ ਇੱਕ ਲਾਈਨ ਲਿਖੀ ਜੇ ਤੇ ਅਸੀਂ ਸਮਝ ਹੀ ਸਕਦੇ ਹਾਂ ਕਿ ਬੇਸਹਾਰਾ ਔਰਤਾਂ ਜੋ ਕੈਦ ਵਿੱਚ ਸਨ, ਜ਼ੁਲਮ ਢਾਇਆ ਜਾ ਰਿਹਾ ਸੀ, ਅਧਮੋਈਆਂ ਹੋਈਆਂ ਪਈਆਂ ਸਨ, ਤੇ ਕੌਣ ਇਸ ਤਰੀਕੇ ਦੀ ਹਾਲਤ ਵਿੱਚ ਪਹਿਰੇਦਾਰ ਛੱਡਦੇ ਹੋਣਗੇ। ਜ਼ਰੂਰ ਇਹ ਚੀਜ਼ਾਂ ਵਾਪਰੀਆਂ ਹੋਣਗੀਆਂ, ਜਿੱਥੇ ਦਾ ਜ਼ਿਕਰ ਵੀ ਮਿਲਦਾ ਜੇ ਕਿ ਦੇ ਵਰ ਰੇਪਡ, ਮਤਲਬ ਇਹ ਕਿ ਬਲਾਤਕਾਰ ਜ਼ਰੂਰ ਹੋਏ ਹੋਣਗੇ। ਉਹਦੇ ਨਾਲ ਕਿੰਨੀਆਂ ਮੋਈਆਂ, ਕਿੰਨੀਆਂ ਬਜ਼ੁਰਗ ਜੋ ਉੱਥਾਂ ਹੀ ਜਿਹੜੀਆਂ ਰਸਤੇ ਚ ਤੁਰ ਕੇ ਆਉਂਦੀਆਂ ਹੀ ਮੋਈਆਂ, ਤਾਂ ਇਹ ਵੀ ਉਹਨਾਂ ਨੇ ਜ਼ੁਲਮ ਸਿਆ ਹੋਏਗਾ। ਪਰ ਗੱਲ ਇਹ ਹੈ ਕਿ ਇਸ ਚੀਜ਼ ਨੂੰ ਉਜਾਗਰ ਕਰਨ ਵਾਲਾ ਕੌਣ ਹੈ? ਜਦ ਅਸੀਂ ਨਾ ਹੀ ਭੁਲਾ ਛੱਡਿਆ
ਨਾ ਹੀ ਨਹੀਂ ਹਨ ਸਾਡੇ ਕੋਲ 300 ਦੀਆਂ ਔਰਤਾਂ ਪੂਰੀਆਂ ਦੇ, ਇਹ ਨਹੀਂ ਪਤਾ ਪਿਛੋਕੜ ਕੀ ਸੀ ਉਹਨਾਂ ਦੇ ਟੱਬਰ ਵਿੱਚੋਂ, ਕੌਣ ਬਚਿਆ ਕੌਣ ਨਹੀਂ, ਕਿਉਂਕਿ ਪਤੀ ਖਤਮ ਹੋ ਚੁੱਕੇ ਸਨ। ਤਾਂ ਇਹ ਬਲਾਤਕਾਰਾਂ ਦੀ ਸਜ਼ਾ ਆਖਰ ਕਿਸਨੇ ਦੇਣੀ ਸੀ ਤੇ ਕਿਸਨੇ ਮੰਨਣਾ ਸੀ ਇਹ ਜ਼ੁਲਮ ਹੋਇਆ। ਸੋ ਇਹ ਚੀਜ਼ਾਂ ਅਸੀਂ ਪਤਾ ਨਹੀਂ ਕਿਉਂ ਦਫਨ ਕਰ ਦਿੱਤੀਆਂ, ਜਦਕਿ ਇਹ ਵੱਡੀ ਪੱਧਰ ਤੇ ਇਹ ਜ਼ੁਲਮ ਉਜਾਗਰ ਹੋਣੇ ਚਾਹੀਦੇ ਸੀ। ਹਿਊਮਨ ਰਾਈਟ ਵਾਇਓਲੇਸ਼ਨ ਦੀ ਜਦੋਂ ਗੱਲ ਕਰਦੇ ਹਾਂ, 300 ਔਰਤਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ। ਯਾਨੀ ਇਹ ਕਾਰਨ ਸੀ ਕਿ ਅੱਜ ਇਹਨਾਂ ਦਾ ਨਾਮ ਤਾਂ ਘੱਟੋ ਘੱਟ ਉਜਾਗਰ ਹੋਏ। ਸਾਡੇ ਕੋਲ ਨਾ ਹੀ ਸਿਰਫ ਦੋ ਨੇ, ਇਸ ਤੋਂ ਇਲਾਵਾ ਸਾਨੂੰ ਅਜੇ ਪਤਾ ਹੀ ਨਹੀਂ ਹੋਰ ਬੀਬੀਆਂ ਦੇ ਨਾਂ ਕੀ ਸੀ, ਕਿਹੜੇ ਇਲਾਕੇ ਚੋਂ ਸਨ, ਤੇ ਅਸੀਂ ਬਾਕੀ ਤਾਂ ਲੱਭਣਾ ਹੀ ਕੀ ਹੈ। ਬਿਲਕੁਲ ਹਾਂਜੀ। ਤੁਸੀਂ ਕੋਈ ਮਤਲਬ ਕਿ ਸਿਰਫ ਦੋ ਬੀਬੀਆਂ ਦੇ ਤੁਸੀਂ ਨਾਂ ਲੱਭ ਸਕੇ, ਬਾਕੀਆਂ ਦੇ ਨਾਮ ਵੀ ਨਹੀਂ ਲੱਭੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਇੰਨਾ ਮਤਲਬ ਕਿ ਇੰਨੀ ਹਿਸਟਰੀ ਪੜ੍ਹਦੇ ਹੋ, ਕੀ ਕਾਰਨ ਬਣਿਆ? ਕੀ ਇਹ ਜਾਣ ਬੁੱਝ ਕੇ ਸਾਜ਼ਿਸ਼ ਸੀ, ਜਾਂ ਫਿਰ ਕਿ ਜੋ ਉਸ ਟਾਈਮ ਤੇ ਔਰਤਾਂ ਦੇ ਪ੍ਰਤੀ ਬਿਹੇਵੀਅਰ ਸੀਗਾ ਸੋਸਾਇਟੀ ਦਾ, ਕਿ ਉਹਦੇ ਕਰਕੇ ਇਹਨਾਂ ਨੂੰ ਇਤਿਹਾਸ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ? ਦੇਖੋ, ਦੋ ਕਾਰਨ ਸਨ। ਪਹਿਲੀ ਚੀਜ਼, ਕਿਸੇ ਵੀ ਕੌਮ ਦੀ ਤਾਕਤ ਉਹਦੀ ਸਭ ਤੋਂ ਕਮਜ਼ੋਰ ਕੜੀ ਤੋਂ ਹੁੰਦੀ ਜੇ। ਸੋ ਜਦੋਂ ਅਸੀਂ ਧਿਆਨ ਕਰੀਏ, ਕਮਜ਼ੋਰ ਔਰਤ ਦਾ ਨਾਮ ਹੀ ਪਹਿਲੀ ਗੱਲ ਤਾਂ ਅਰਧਾਂਗਣੀ ਕਹਿ ਦਿੰਦੇ ਨੇ ਕਿ ਤੂੰ ਹੈ ਹੀ ਅੱਧੇ ਅੰਗਾਂ ਵਾਲੀ। ਉਹਨੂੰ ਪਹਿਲਾਂ ਹੀ ਅਸੀਂ ਅੱਧਾ ਕਰ ਦਿੰਨੇ ਆ, ਤੇ ਉਹਨੂੰ ਮੰਨ ਹੀ ਲਿਆ ਗਿਆ ਵੀ ਇਹ ਹੈ ਹੀ ਕਮਜ਼ੋਰ ਹੈ, ਇਹਨੂੰ ਰਾਖੀ ਲਈ ਜਾਂ ਭਰਾ ਚਾਹੀਦਾ। ਮਤਲਬ ਇਹ ਅਸੀਂ ਕਹਿੰਦੇ ਆ ਰੱਕੜੀ ਬੰਨ ਤੇ ਫਿਰ ਤੂੰ ਕਹਿ ਵੀ ਹਾਂ ਭਰਾ ਤੈਨੂੰ ਬਚਾਏਗਾ, ਯਾਨੀ ਤੂੰ ਆਪ ਬਚਾਉਣ ਜੋਗੀ ਆਪਣੇ ਆਪ ਨੂੰ ਹੈ ਹੀ ਨਹੀਂ, ਪਿਓ ਬਚਾਏਗਾ, ਪਤੀ ਬਚਾਏਗਾ, ਫਿਰ ਪੁੱਤਰ ਬਚਾਏਗਾ। ਅਸੀਂ ਉਹਨੂੰ ਅਧੀਨਗੀ ਦਾ ਪਾਠ ਪੜ੍ਹਾਉਂਦੇ ਰਹਿੰਦੇ ਹਾਂ। ਸੋ ਉਸ ਅਧੀਨਗੀ ਚ ਬੈਠੀ ਔਰਤ ਨੂੰ ਜਿਹੜੀ ਸਭ ਤੋਂ ਕਮਜ਼ੋਰ ਕੜੀ ਸੀ, ਇਹ ਉਜਾਗਰ ਵੀ ਖਿਆਲ ਕਰੋ ਕਿ ਮੁਗਲ ਇਤਿਹਾਸ ਵਿੱਚ ਹੋਈਆਂ ਨੇ, ਸਿੱਖ ਧਰਮ ਵਿੱਚ ਸਿੱਖ ਇਤਿਹਾਸਕਾਰਾਂ ਨੇ ਇੰਨੀ ਡਿਟੇਲ ਲਈ ਹੀ ਨਹੀਂ। ਉਹਨਾਂ ਨੇ ਸਿੰਪਲ ਕਹਿ ਦਿੱਤਾ ਜੀ ਉਹਨਾਂ ਨੂੰ ਉਹਨਾਂ ਦੇ ਬੱਚੇ ਫੁੰਡੇ, ਜਿਹੜਾ ਕਿ ਬੜੀ ਰੂਡ ਜੀ ਤਰੀਕੇ ਕਿਹਾ ਗਿਆ ਕਿ ਉਹਨਾਂ ਦੇ ਦੁਆਲੇ ਜੀ ਗਲੇ ਦੁਆਲੇ ਬੰਨ ਦਿੱਤੇ, ਮੂੰਹ ਚ ਮਾਸ ਤੁੰਨ ਦਿੱਤਾ ਤੇ ਖਤਮ। ਯਾਨੀ ਉਹ ਪੀੜ ਨੂੰ ਮਹਿਸੂਸ ਵੀ ਨਹੀਂ ਕਰਦੇ ਕਿ ਜਿਹਨੇ ਛਾਤੀ ਤੇ ਚੱਕੀ ਦੇ ਪਾਟ ਧਰਾਏ, ਜਿਹਨੇ ਬੱਚਾ ਧੀਰੀਆਂ ਵਗਦਾ ਸਾਹਮਣੇ ਦੇਖਿਆ ਤੇ ਉਹ ਥਿੜਕ ਜਾਂਦੀ, ਤੇ ਅੱਜ ਸਿੱਖ ਕੌਮ ਹੋਣੀ ਕਿੱਥੇ ਸੀ? ਯਾਨੀ ਉਹ ਬੀਬੀਆਂ ਦਾ ਜੋ ਯੋਗਦਾਨ ਹੈ ਅਸੀਂ ਕਿਵੇਂ ਭੁਲਾ ਸਕਦੇ ਹਾਂ ਕਿ ਜੇ ਉਹਨਾਂ ਸਮਿਆਂ ਵਿੱਚ ਇਹ ਸਾਰੀਆਂ ਇਸਲਾਮ ਕਬੂਲ ਕਰ ਲੈਂਦੀਆਂ ਤਾਂ ਅੱਜ ਪੂਰੇ ਹਿੰਦੁਸਤਾਨ ਵਿੱਚ ਹਰਮ ਹੋਣੇ ਸੀ ਮੁਗਲਾਂ ਦੇ, ਸਿੱਖ ਨਹੀਂ ਸੀ ਹੋਣੇ। ਉਹ ਜੇ ਇਹ ਯਾਨੀ ਉਸ ਸਮੇਂ ਜੇ ਸਾਰੇ ਬੰਦੇ ਮੰਨ ਲੈਂਦੇ ਕਿ ਹਾਂਜੀ ਇਹ ਜੋ ਇਹਨਾਂ ਨੇ ਕਰ ਵਿਖਾਇਆ ਕਿ ਸਭ ਤੋਂ ਕਮਜ਼ੋਰ ਕੜੀ ਸਭ ਤੋਂ ਮਜ਼ਬੂਤ ਸਾਬਤ ਹੋ ਗਈ, ਦਾ ਮਤਲਬ ਸੀ ਔਰਤ ਨੂੰ ਸਹੀ ਮਾਇਨਿਆਂ ਵਿੱਚ ਬਰਾਬਰੀ ਦਾ ਦਰਜਾ ਮਿਲ ਜਾਣਾ, ਤੇ ਇਹ ਕਿਸੇ ਨੂੰ ਮਨਜ਼ੂਰ ਨਹੀਂ ਸੀ। ਇਹੀ ਕਾਰਨ ਸੀ ਕਿ ਇਹ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਬੱਚੇ ਦਾ ਮਾਸ ਤੁੰਨਿਆ ਤਾਂ ਅਸੀਂ ਦਿਨ ਵਿੱਚ 100 ਵਾਰ ਵੀ ਉਜਾਗਰ ਕਰਦੇ ਹਾਂ, ਤੇ ਹਰ ਵਾਰ ਮੈਂ ਉਹਨਾਂ ਨੂੰ ਕੋਈ ਛੁਟਿਆ ਨਹੀਂ ਰਹੀ, ਉਹਨਾਂ ਦੀ ਕੁਰਬਾਨੀ ਤਾਂ ਬੇਮਿਸਾਲ ਹੈ। ਪਰ ਗੱਲ ਇਹ ਹੈ ਕਿ ਅਸੀਂ ਇੱਕ ਹੋਰ ਕੁਰਬਾਨੀ ਨੂੰ ਕਿਉਂ ਕੁਚਲ ਦਿੱਤਾ, ਕਿਉਂ ਦੱਬ ਦਿੱਤਾ, ਕਿਉਂ ਅਸੀਂ ਉਸ ਔਰਤ ਦੇ ਯਾਨੀ ਜਿਸ ਤਰ੍ਹਾਂ ਜਰ ਜਾਣ ਦੀ ਤਾਕਤ ਨੂੰ ਅਸੀਂ ਕਿਵੇਂ ਖਤਮ ਕਰ ਸਕਦੇ? ਉਹਨਾਂ ਸਾਰੀਆਂ ਨੇ ਵੀ ਸ਼ਹੀਦੀਆਂ ਦਿੱਤੀਆਂ ਸੀ, ਜੇ ਅਰਦਾਸ ਵਿੱਚ ਸ਼ਾਮਿਲ ਕੀਤਾ, ਜੇ ਬਾਕੀ ਅਸੀਂ ਸਿੰਘਾਂ ਸਿੰਘਣੀਆਂ ਦੇ ਕਹਿਣ ਦੇ ਵਿੱਚ ਹੀ ਸਿੰਘਣੀਆਂ ਖਤਮ ਕਰ ਦਿੱਤੀਆਂ, ਬਾਕੀ ਸਾਰੇ ਸਿੰਘਾਂ ਦਾ ਪਿਛੋਕੜ ਲੱਭਿਆ ਗਿਆ, ਪਰ ਕਿਉਂ ਇਹਨਾਂ ਸਿੰਘਣੀਆਂ ਦੇ ਨਾਂ ਵੀ ਗਾਇਬ ਕੀਤੇ? ਸਿਰਫ ਕਾਰਨ ਇਹ ਕਿ ਇਹ ਇੰਨੀ ਵੱਡੀ ਕੁਰਬਾਨੀ ਸੀ ਜਿਸ ਨੂੰ ਲਾਲਚ ਦੇ ਦਿੱਤਾ ਗਿਆ ਹੋਏ ਕਿ ਤੁਸੀਂ ਸਿਰਫ ਕਬੂਲ ਕਰ ਲਓ, ਸਿੱਖ ਹਾਨੀ ਨਹੀਂ ਸਨ, ਸਾਰੇ ਜੰਗਲਾਂ ਚ ਲੁਕੇ ਬੈਠੇ। ਤਾਂ ਇਹ ਇੰਨੀ ਵੱਡੀ ਗਿਣਤੀ ਚ ਉਹਨਾਂ ਦੀਆਂ ਔਰਤਾਂ ਬੇਵਾ ਜੇ ਤਬਦੀਲ ਹੋ ਜਾਂਦੀਆਂ, ਤੁਸੀਂ ਸਮਝ ਸਕਦੇ ਹੋ ਕਿ ਸਿੱਖੀ ਨੂੰ ਵੱਡੀ ਢਾਹ ਲੱਗ ਜਾਣੀ ਸੀ। ਪਰ ਇਹ ਵੀ ਸਾਡਾ ਯਾਨੀ ਮਰਦ ਪ੍ਰਧਾਨ ਸਮਾਜ ਬਰਦਾਸ਼ਤ ਨਹੀਂ ਸੀ ਕਰ ਸਕਣਾ ਕਿ ਔਰਤ ਦੀ ਕਿਤੇ ਕੁਰਬਾਨੀ ਸਾਡੇ ਬਰਾਬਰ ਨਾ ਆ ਕੇ ਖੜੀ ਹੋ ਜਾਏ। ਸੋ ਇਹ ਵੀ ਦਫਨ ਕਰ ਦਿੱਤੀ ਗਈ, ਅਫਸੋਸ। ਕਿਉਂਕਿ ਗੱਲ ਇਹ ਹੈ ਕਿ ਅੱਜ ਜੇ ਸਾਡੀਆਂ ਨੌਜਵਾਨ ਬੱਚੀਆਂ ਸੌਖੀਆਂ ਸ਼ਿਕਾਰ ਬਣ ਰਹੀਆਂ ਨੇ, ਰੋਜ਼ ਫੋਨ ਸਾਨੂੰ ਮਤਲਬ ਫੋਨ ਵੀ ਪਹੁੰਚਦੇ ਨੇ ਸਾਡੇ ਕੋਲ, ਕੇਸ ਵੀ ਆਉਂਦੇ ਨੇ, ਦਾਖਲ ਵੀ ਹੁੰਦੀਆਂ ਨੇ, ਬਲਾਤਕਾਰ ਦਾ ਸ਼ਿਕਾਰ ਵੀ ਹੁੰਦੀਆਂ ਨੇ, ਕਾਰਨ ਸਿਰਫ ਇਹ ਕਿ ਉਹਨਾਂ ਨੂੰ ਅਸੀਂ ਕਮਜ਼ੋਰ ਬਣਾ ਕੇ ਰੱਖ ਦਿੱਤਾ। ਜਦੋਂ ਇਹੋ ਜਿਹਾ ਇਤਿਹਾਸ ਸਾਹਮਣੇ ਆਏਗਾ ਤਾਂ ਯਕੀਨਨ ਉਹ ਆਪਣਾ ਦਮ ਦਿਖਾਉਣਗੀਆਂ, ਜਿਹੜਾ ਵੀ ਇਸ ਤਰ੍ਹਾਂ ਦਾ ਜ਼ੁਲਮ ਕਰਨ ਵਾਲਾ ਉਹਦਾ ਟਾਕਰਾ ਕਰਨ ਜੋਗੀਆਂ ਬਣ ਜਾਣਗੀਆਂ, ਤਾਂ ਫਿਰ ਘਰੇਲੂ ਹਿੰਸਾ ਤਾਂ ਆਪਣੇ ਆਪ ਬੰਦ ਹੋ ਜਾਏਗੀ, ਜੋ ਕਿ ਇਸ ਵੇਲੇ 70% ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ। ਦਾ ਮਤਲਬ ਤੁਸੀਂ ਆਪ ਹੀ ਸਮਝਦਾਰ ਹੋ ਕਿ ਕਿਉਂ ਇਹ ਸਭ ਕੁਛ ਦਫਨ ਕੀਤਾ ਜਾ ਰਿਹਾ ਹੈ।
ਹਾਂਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਇੰਨੀ ਵਧੀਆ ਤੁਸੀਂ ਸਾਡੇ ਵਾਸਤੇ ਇਨਫੋਰਮੇਸ਼ਨ ਔਰ ਲੈ ਕੇ ਆਏ ਹੋ ਔਰ ਸਾਨੂੰ ਟਾਈਮ ਦਿੱਤਾ ਹੈ ਖਾਸ ਤੌਰ ਤੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ, ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਆਪਣੀ ਟੀਮ ਵੱਲੋਂ ਤੇ ਆਪਣੇ ਵੱਲੋਂ ਖਾਸ ਤੌਰ ਤੇ, ਬਹੁਤ ਬਹੁਤ ਜੀ ਸ਼ੁਕਰੀਆ। ਦਿਲੋਂ ਸ਼ੁਕਰੀਆ ਤੁਹਾਡਾ, ਤੁਸੀਂ ਆਪਣੇ ਕੀਮਤੀ ਸਮਾਂ ਦਿੰਦੇ ਹੋ ਰਾਤਾਂ ਜਾਗ ਕੇ ਵੀ, ਬਹੁਤ ਬਹੁਤ ਦਿਲੋਂ ਧੰਨਵਾਦ। ਹਾਂਜੀ ਬਹੁਤ ਬਹੁਤ ਸ਼ੁਕਰੀਆ, ਤੇ ਮਿਲਦੇ ਹਾਂ ਆਪਾਂ ਅਗਲੇ ਹਫਤੇ ਫਿਰ ਲਾਈਵ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।